ਭਾਈ ਸਵੇਰ ਦੇ 3:45 ਹੋ ਗਏ ਤੇ ਟ੍ਰੇਨ ਫੜਨੀ ਹੈਗੀ 4:10 ਤੇ ਹੈਗੀ ਸਟੇਸ਼ਨ ਨਾਲ ਹੀ ਪਿੱਛੇ ਹੀ ਆ 15-20 ਮਿੰਟ ਦੀ ਵਾਟ ਤੇ ਹੋਊਗਾ ਪਰ ਪਹਿਲਾਂ ਜਾਣਾ ਵਧੀਆ ਰਹਿੰਦਾ ਚੱਲੇ ਆ ਹੁਣ ਗੱਡੀ ਫੜਨ ਵਾਸਤੇ ਸਟੇਸ਼ਨ ਨੂੰ ਚੱਲੇ ਆ ਬਸ ਰਾਹ 'ਚ ਹੀ ਆ ਨੇੜੇ ਹੀ ਆ ਕੇ ਸਟੇਸ਼ਨ ਇੱਧਰ ਹੀ ਆ ਪਿੱਛੇ ਆ ਕੰਮ ਤੋਂ ਦੂਜੇ ਪਾਸੇ ਸਾਹਮਣੇ ਕੰਮ ਦੇਖ ਰਹੇ ਨੇ ਇਹ ਪਿਛਲੇ ਪਾਸੇ ਆ ਸਟੇਸ਼ਨ ਪਰ ਆਇਆ ਵੀ ਰਾਹ ਤਾਂ ਸਹੀ ਫੜਨਾ ਬੁੱਟ ਕੰਧ ਨਹੀਂ ਟੱਪ ਸਕਦੇ ਰਾਹ ਰਾਹ ਹੀ ਜਾਣਾ ਪੈਣਾ ਥੋੜ੍ਹਾ ਅੱਗੇ ਜਾ ਕੇ ਯਾਰ ਸਵੇਰ ਦੇ 3 ਵਜੇ ਹੋਇਆ ਦੁਨੀਆ ਐਂ ਤੋਰੀ ਫਿਰਦੀ ਆ ਵੀ ਜਾਣੀ ਸੁੱਤੇ ਨੋਏ ਸਾਰੀ ਰਾਤ ਦਿਨ ਅਤੇ ਰਾਤ ਦਾ ਕੋਈ ਫਰਕ ਹੀ ਨਹੀਂ ਹੈਗਾ ਗੱਡੀਆਂ ਥੋੜ੍ਹੀਆਂ ਘਟੀਆਂ ਸਾਧਨ ਪਰ ਲੋਕ ਤੁਰੇ ਫਿਰਦੇ ਆ ਫਿਰ ਵੀ ਸਟੇਸ਼ਨ 'ਤੇ ਪਹੁੰਚ ਗਏ ਸੀਗੇ ਅਤੇ ਗੱਡੀ ਨੂੰ ਹੈਗਾ ਹਾਲੇ 1 ਘੰਟੇ ਤੋਂ ਬਾਅਦ ਹੀ ਆਉਣੀ ਆ ਗੱਡੀ ਵੇਟ ਕਰ ਰਿਹਾ ਗੱਡੀ ਦੀ ਕੋਈ ਆਉਂਦਾ ਕੋਈ ਜਾਂਦਾ ਕੋਈ ਗੱਡੀ 'ਚ ਉਤਰਿਆ ਕੋਈ ਚੜ੍ਹਨ ਦੇ ਵਾਸਤੇ ਉਹਦੀ ਵੇਟ ਕਰ ਰਿਹਾ ਗੱਡੀ ਦੇ ਆਉਣ ਦੀ ਇੱਥੇ ਬੈਠਾ ਸਟੇਸ਼ਨ 'ਤੇ ਡੱਬਾ ਕਾਫੀ ਅੱਗੇ ਆਉਣਾ ਅਤੇ ਅਸੀਂ ਬੈਠੇ ਸੀ ਉੱਥੇ ਨਹੀਂ ਆਉਣਾ ਪਰ ਹੁਣ ਨੰਬਰ ਡਿਸਪਲੇ ਹੋਏ ਹੈਗੇ ਕਿੱਥੇ ਕਿੱਥੇ ਜਿਹੜਾ ਕੋਚ ਲੱਗਣਾ ਉਹਨੂੰ ਕੋਚ ਬੋਰਡ ਨੂੰ ਜਾਣਾ ਪਿੱਛੇ ਖਾਣ ਪੀਣ ਦਾ ਸਮਾਨ ਪਿਆ ਡੱਬਿਆਂ 'ਚ ਕੌਮ ਪੂਰਾ ਜ਼ੋਰ ਲਾਉਂਦੇ ਹੈਗੇ ਵੀ ਸਾਨੂੰ ਮਿਲ ਜੇ ਖਾਣ ਨੂੰ ਆਹ ਗੱਡੀ ਆ ਗਈ ਸੀਗੀ ਸਾਡੀ ਇਹ 'ਚ ਬੈਠਾਂਗੇ ਆਹੀ ਗੱਡੀ ਆ ਸਾਡੀ B1 ਡੱਬਾ 'ਚ B1 ਡੱਬੇ 'ਚ ਪਹੁੰਚ ਗਏ ਸੀਗੇ ਸੀਟਾਂ ਪਹਿਲਾਂ ਹੀ ਬੁੱਕ ਸੀਗੀਆਂ ਦੋ ਥੱਲੇ ਵਾਲੀਆਂ ਨੇ ਦੋ ਉੱਪਰ ਵਾਲੀਆਂ ਨੇ ਸਮਾਨ ਸਮੂਨ ਕਰਤਾ ਸੈੱਟ ਸਾਰਾ ਥੱਲੇ ਬਾਕੀ ਹੁਣ ਦਾਦਾ ਸਟੇਸ਼ਨ ਬੰਬੇ ਪਹੁੰਚ ਕੇ ਉੱਥੋਂ ਫਿਰ ਅੱਗੇ ਸਾਡੀ ਬੰਬੇ ਸੈਂਟਰਲ ਤੋਂ ਆ ਮੁੰਬਈ ਸੈਂਟਰਲ ਤੋਂ ਟ੍ਰੇਨ ਅਤੇ ਉੱਥੋਂ ਜਾਂ ਲੋਕਲ ਟ੍ਰੇਨ ਲਵਾਂਗੇ ਜਾਂ ਫਿਰ ਦੇਖਾਂਗੇ ਬਾਹਰੋਂ ਕੋਈ ਕੈਬ ਵਗੈਰਾ ਕਰ ਲਾਂਗੇ ਟੈਕਸੀ ਵਗੈਰਾ ਆਟੋ ਕੁਛ ਵੀ ਮਿਲ ਗਿਆ ਹੁਣ ਸੌਂ ਆ ਗਿਆ ਸੀ ਗੱਡੀ ਇਹ ਜਾਣੀ ਸੀਗੀ ਪਹਿਲਾਂ CSMT ਛਤਰਪਤੀ ਸ਼ਿਵਾਜੀ ਟਰਮੀਨਲ ਪਰ ਕਿਸੇ ਕਾਰਨ ਕਰਕੇ ਇਹ ਦਾਦਰ ਹੀ ਲੁਕ ਜੂਗੀ ਅਸੀਂ ਵੀ ਦਾਦਰ ਹੀ ਉਤਰਨਾ ਸੀਗਾ ਲਾਸਟ ਸਟੋਪੇਜ ਮਤਲਬ ਦਾਦਰ ਹੀ ਆਉਣਾ ਇਸ ਗੱਡੀ ਦਾ ਅਤੇ ਹੁਣ ਸੌਵਾਂਗੇ ਅਸੀਂ ਕਿਉਂਕਿ ਥੱਕੇ ਹੋਏ ਹਾਂ ਸਵੇਰ ਵੀ 2:30 ਵਜੇ ਦੇ ਉੱਥੇ ਬੈਠਿਆਂਗੇ ਪੈ ਗਏ ਸੀਗੇ ਹੁਣ ਪੈ ਗਏ ਸੀਗੇ ਚਾਦਰ ਸਰਾਣਾ ਦੇ ਗਏ ਸੀ ਨਵਾਂ ਇਹ ਹੁਣ ਉੱਥੇ ਜਾ ਕੇ ਉੱਠਾਂਗੇ ਅੱਗੇ ਦਾਦਰ ਸਟੇਸ਼ਨ 'ਤੇ ਹਾਂਜੀ ਦਾਦਰ ਸਟੇਸ਼ਨ ਪਹੁੰਚ ਗਏ ਸੀ ਸਵੇਰੇ ਹੁਣ 8:15 ਹੋ ਜਾਗੇ ਅਤੇ ਇੱਥੋਂ ਲੋਕਲ ਟ੍ਰੇਨ ਲੈ ਕੇ ਮੁੰਬਈ ਸੈਂਟਰਲ ਜਾਵਾਂਗੇ ਉੱਥੋਂ ਪੰਜਾਬ ਦੀ ਗੱਡੀ ਜਾਵਾਂਗੇ ਇੱਧਰ ਹੁਣ ਵੈਸਟਰਨ ਰੇਲਵੇ ਵਾਲੀ ਲਾਈਨ 'ਤੇ ਆ ਗਏ ਸੀਗੇ ਲੋਕਲ ਫੜਾਂਗੇ ਜਿਹੜੀ ਇੱਥੋਂ ਦਾਦਰ ਤੋਂ ਮਿਲੂਗੀ ਸਾਨੂੰ ਹੁਣ ਟਿਕਟ ਲੈਣ ਚੱਲਿਆ ਉੱਧਰ ਲੋਕਲ ਦਾ ਵੀ ਸਫ਼ਰ ਕਰਾਂਗੇ ਅੱਜ ਹਾਂਜੀ ਟਿਕਟ ਮਿਲ ਗਈ ਸੀਗੀ ਜੇ ਇੱਥੋਂ ਟੈਕਸੀ ਕਰਕੇ ਜਾਂਦੇ ਤਾਂ ਘੱਟੋ ਘੱਟ 200-250 ਰੁਪਇਆ ਲੱਗਣਾ ਸੀਗਾ ਸਾਡਾ ਹੁਣ ਸਿਰਫ 15 ਰੁਪਏ ਦੀ ਟਿਕਟ ਆ ਗਈ 3 ਜਾਣਿਆਂ ਦੀ ਗੱਡੀ ਆ ਗਈ ਸੀਗੀ ਲੋਕਲ 'ਚ ਬੈਠ ਗਿਆ ਹੁਣ ਜਿਹੜੇ ਸਟੇਸ਼ਨ 'ਤੇ ਰੁਕਦੀ ਆ ਗੱਡੀ ਉਹ ਡਿਸਪਲੇ ਹੁੰਦੀ ਆ ਪਿੱਛੇ ਸਕਰੀਨ ਹਾਂਜੀ ਪਹੁੰਚ ਗਿਆ ਸੀਗਾ ਯਾਰ ਹੁਣ ਦੂਜੇ ਪਾਸੇ ਜਾ ਰਿਹਾ ਕਿਉਂਕਿ ਇਹ ਲੋਕਲ ਵਾਲਾ ਸਾਰਾ ਜਿਹੜੇ ਲਾਈਨ ਨੇ ਦੂਜੇ ਪਾਸੇ ਜਾ ਰਿਹਾ ਹੁਣ ਜਿੱਥੋਂ ਸਾਨੂੰ ਗੱਡੀ ਮਿਲੂਗੀ ਪੱਛਮੀ ਐਕਸਪ੍ਰੈਸ 2 ਨੰਬਰ ਤੋਂ ਚੱਲੂਗੀ ਉਹ ਗੱਡੀ ਦੀ ਵੇਟ ਹੋ ਰਹੀ ਆ ਬੈਠ ਕੇ ਅਤੇ ਅੰਦਰੋਂ ਆ ਸਟੇਸ਼ਨ ਸਾਡੀ ਉਹ ਸਾਹਮਣੇ ਜਿਹੜਾ ਗ੍ਰੀਨ ਬੋਰਡ ਲੱਗਿਆ ਉਹਦੇ ਨੀਚੇ ਆਓ 2 ਨੰਬਰ 'ਤੇ ਇੱਧਰ IRCTC ਦੀ ਕੰਟੀਨ ਹੈਗੀ ਆ ਸਾਹਮਣੇ ਖਾਣ ਪੀਣ ਲਈ ਕੁਛ ਖਾ ਪੀ ਕੇ ਆਵਾਂਗੇ ਹੁਣ ਬ੍ਰੇਕਫਾਸਟ ਹੋ ਜੂਗਾ ਫਿਰ ਗੱਡੀ 'ਚ ਬੈਠ ਜਾਵਾਂਗੇ ਔਡਰ ਹੋ ਗਿਆ ਸੀਗਾ ਮਹਾਂਵੀਰ ਕਹਿੰਦਾ ਸੈਂਡਵਿਚ ਖਾਣਾ ਕੁਵੇਰ ਕਹਿੰਦਾ ਪਾਓ ਭਾਜੀ ਖਾਊਂਗਾ ਅਸੀਂ ਦੋਨੇ ਖਾਵਾਂਗੇ ਛੋਲੇ ਭਟੂਰੇ ਅਸੀਂ ਔਡਰ ਕੀ ਕੀਤਾ ਮੈਂ ਆ ਗਿਆ ਸੀਗਾ ਸੈਲਫ ਸਰਵਿਸ ਹੈ ਇੱਥੇ ਲਓ ਜੀ ਚਮਚਾ ਲੈ ਕੇ ਆਉਂਦੇ ਹਾਂਗੇ ਟੇਸਟ ਚੈੱਕ ਕਰ ਰਿਹਾ ਮਹਾਂਵੀਰ ਕਾਹਨ ਕਰਾਇਆ ਜੀ ਅੱਗੇ ਵਾਲਾ ਜੀ
ਧਿਆਨ ਨਾਲ ਕਾਫੀ ਹੋ ਰਹੀ ਆ ਤਿਆਰ ਜੀ। ਗੱਡੀ ਲੱਗ ਗਈ ਸੀਗੀ ਸਾਡੀ ਅਤੇ ਬੈਠਣ ਤੋਂ ਪਹਿਲਾਂ ਪਾਣੀ ਪੂਣੀ ਭਰ ਲਈਏ। ਅਸੀਂ ਜ਼ਿਆਦਾਤਰ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਜਾਂ ਤਾਂ ਘਰੋਂ ਕੈਂਪਰ ਲੈ ਕੇ ਆਉਂਦੇ ਹੈਗੇ ਅਤੇ ਇਸ ਵਾਰ ਕੈਂਪਰ ਲੈ ਆਏ ਸੀਗੇ ਪਰ ਉੱਥੇ ਗੁਜਰਾਤ ਦੇ ਆਏ ਸੀ ਉਹਨਾਂ ਨੂੰ ਵਧੀਆ ਲੱਗਿਆ ਸੀਗਾ ਉਹ ਕੈਂਪਰ ਛੋਟਾ ਆਇਆ ਸੀਗਾ ਸਾਡੇ ਕੋਲ ਕੈਂਪਰ ਅਤੇ ਜਾਂ ਤਾਂ ਘਰੋਂ ਕੈਂਪਰ ਲਿਆਉਣੇ ਭਰ ਕੇ ਫਿਰ ਰਾਹ 'ਚ ਹੀ ਪਾਣੀ ਭਰਦੇ ਰਹਿੰਦੇ ਦੇਖ ਕੇ ਕਿਤੇ ਸਾਫ਼ ਪਾਣੀ ਮਿਲ ਜੇ ਕੋਸ਼ਿਸ਼ ਸਾਡੀ ਇਹੀ ਹੁੰਦੀ ਹੈ ਜੋ ਕਹਿੰਦਾ ਵੀ ਘਾਟ ਘਾਟ ਦਾ ਪਾਣੀ ਸ਼ਾਇਦ ਉਹਦਾ ਮਤਲਬ ਕੋਈ ਹੋਰ ਹੁੰਦਾ ਵੀ ਤਜਰਬਾ ਅੱਡ ਅੱਡ ਜਗ੍ਹਾ ਦਾ ਪਰ ਅਸੀਂ ਪਾਣੀ ਭਰ ਲਈਦਾ ਜਗ੍ਹਾ ਜਗ੍ਹਾ 'ਤੇ ਜਿੱਥੇ ਮਿਲ ਜੇ ਕੋਸ਼ਿਸ਼ ਕਰੀਦੀ ਆ ਬਾਹਰੋਂ ਹੀ ਪਾਣੀ ਪੀ ਲਈਏ ਨਾਲੇ ਸਿਸਟਮ ਸਹੀ ਰਹਿੰਦਾ ਫਿਰ ਬਾਅਦ ਦੇ ਵਿੱਚ ਕਿਤੇ ਰਾਹ 'ਚ ਫਸ ਜਾਈਏ ਕਿਤੇ ਲੋੜ ਪੈ ਜਾਵੇ ਪਾਣੀ ਨਾ ਮਿਲੇ ਆਪਾਂ ਨੂੰ ਪੈਕ ਜਿਹੜਾ ਬੰਦ ਪੈਕਿੰਗ ਵਾਲਾ ਹੁੰਦਾ ਫਿਰ ਔਖਾ ਹੋ ਜਾਂਦਾ ਉਸ ਕੇਸ 'ਚ ਤਾਂ ਸਰੀਰ ਨੂੰ ਪਹਿਲੇ ਤਿਆਰ ਰੱਖਣਾ ਚਾਹੀਦਾ ਇਹ ਕੰਮ ਲਈ।